SSP ਡਾਕਟਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤੇ ਸਾਂਝ ਕੇਂਦਰ ਥਾਣਾ ਸਦਰ ਗੁਰਦਾਸਪੁਰ ਵਿੱਚ ਬੂਟੇ ਲਗਾ ਕੇ ਵਨ ਉਤਸਵ ਮਨਾਇਆ ਗਿਆ। ਸੁਸ਼ੀਲ ਬਰਨਾਲਾ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਆਜੋ ਹਾਂਜੀ ਇਹ ਜੋ ਗ੍ਰੀਨ ਪਲਾਂਟੇਸ਼ਨ ਮੈਮ ਚੱਲ ਰਹੀ ਆ ਸਾਰੇ ਪੰਜਾਬ 'ਚ, ਉਹ ਅਸੀਂ ਸਾਰੇ ਜਿਹੜੇ ਸਾਂਝ ਮੈਂਬਰ ਨੇ ਸਾਡੇ ਸਾਂਝ ਦੇ, ਇਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਸਾਡੇ ਸਾਰੇ ਜਿਹੜੇ ਬੂਟੇ ਵੱਖ ਵੱਖ ਤਰ੍ਹਾਂ ਦੇ ਲਾ ਰਹੇ ਨੇ। ਔਰ ਇਸ ਤੋਂ ਇਲਾਵਾ ਸਾਰੇ ਜਿੱਥੇ ਜਿੱਥੇ ਦੇ ਹੈਗੇ ਨੇ ਉੱਥੇ ਵੀ ਸੜਕਾਂ ਦੇ ਜਿੱਥੇ ਨੀਡ ਹੈਗੀ ਆ ਸੜਕ ਦਰੱਖਤਾਂ ਦੀ ਪਲਾਂਟਸ ਉੱਤੇ ਸਾਰੇ ਲਗਾ ਰਹੇ ਨੇ। ਔਰ ਇਹਨਾਂ ਦਾ ਅਸੀਂ ਬਹੁਤ ਆਭਾਰੀ ਇਹਨਾਂ ਦਾ ਥੈਂਕਸ ਕਰਦੇ ਹਾਂ, ਜਿਹੜਾ ਕਿ ਇਹ ਆਪਣੇ ਹਰਾ ਭਰਾ ਦੀ ਮੁਹਿੰਮ ਚਲਾਉਣ ਦੇ ਲਈ ਇਹਨਾਂ ਦਾ ਬਹੁਤ ਯੋਗਦਾਨ ਹੈ। ਸਾਨੂੰ ਜੋ ਆਪਣੇ ਮਾਨਯੋਗ DGP ਸਾਹਿਬ ਵੱਲੋਂ ਜੋ ਹਦਾਇਤਾਂ ਆਈਆਂ ਨੇ ਕਿ ਸਾਰੇ ਸਕੂਲਾਂ ਔਰ ਕਾਲਜਾਂ ਦੇ ਵਿੱਚ ਅਸੀਂ ਪਲਾਂਟੇਸ਼ਨ ਕਰਨੀ ਆ, ਅਤੇ ਇਸ ਕਰਕੇ ਸਾਰੇ ਸਕੂਲਾਂ ਕਾਲਜਾਂ ਔਰ ਪਬਲਿਕ ਪਲੇਸਿਸ ਔਰ ਅਸੀਂ ਸਾਂਝ ਕੇਂਦਰਾਂ ਦੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਅਸੀਂ ਆਪਣੇ ਜੋ ਕਮੇਟੀ ਮੈਂਬਰਸ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਔਰ ਸਾਡੇ ਮਾਨਯੋਗ DCPO ਸਰ ਸ਼੍ਰੀ ਦਰਬਾਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਸਾਂਝ ਕੇਂਦਰ ਸਦਰ ਦੇ ਵਿੱਚ ਬੂਟੇ ਲਗਾਉਣ ਦੀ ਜੋ ਮੁਹਿੰਮ ਹੈ ਉਹ ਕੀਤੀ ਹੈ, ਸ਼ੁਰੂ ਕੀਤੀ ਹੈ। ਥੈਂਕ ਯੂ ਸੋ ਮਚ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।